बिस्मिल्लाहिर्रहमानिर्रहीम, अस्सलाम वालेकुम। ते की हाल चाल है जनाब तुहाडे सब दा? उम्मीद करनी आ कि तुसी सब होवोगे खैरियत दे नाल। ते दिन जिस तरह के चेंज हो चुके ने और दिन लंबे ने, रातां छोटियां ने, दोपहर दे वक्त भुख लग जांदी है। ते अज जनाब बड़ा ही दिल कर रहा सी मेरा आलू वाली टिक्की ते उहदे नाल रोटी खाण वास्ते, नाल चटनी भी है, सैलड भी है, ਆਲੂ ਦੀ ਟਿੱਕੀ ਵੀ ਹੈ। ਅਤੇ ਆ ਜਾਓ ਫਿਰ ਤੁਸੀਂ ਵੀ ਮੇਰੇ ਨਾਲ ਰਲ ਕੇ ਬਿਸਮਿਲ੍ਲਾ ਪੜ੍ਹਨੇ ਆ, ਔਰ ਜੋ ਵੀ ਹੈ ਸਬਰ ਸ਼ੁਕਰ ਕਰਕੇ, ਅੱਲਾਹ ਦਾ ਸ਼ੁਕਰ ਅਦਾ ਕਰਕੇ ਉਹਨੂੰ ਅਸੀਂ ਖਾਂਦੇ ਹਾਂ। ਔਰ ਨਾਲ ਨਾਲ ਅਸੀਂ ਗੱਲਾਂ ਜਿਹੜੀਆਂ ਨੇ ਉਹ ਵੀ ਕਰਾਂਗੇ। ਅਤੇ ਐ ਲਓ ਜੀ, ਇੱਕ ਟਿੱਕੀ ਮੈਂ ਰੱਖੀ ਹੈ ਹਜੇ, ਅਤੇ ਵੇਖ ਰਹੇ ਹਾਂ ਇੱਕ ਟਿੱਕੀ ਦੇ ਨਾਲ ਕਿੰਨੀ ਕੁ ਰੋਟੀ ਖਾਧੀ ਜਾਂਦੀ ਹੈ। ਮੇਰਾ ਤਾਂ ਉਹ ਵਾਲਾ ਹਿਸਾਬ ਹੈ ਕਿ ਇੱਕ ਸਲਾਈਸ ਦੇ ਨਾਲ ਇੱਕ ਫਰਾਈ ਅੰਡਾ, ਇਹ ਨਹੀਂ ਵੀ ਇੱਕ ਅੰਡੇ ਨਾਲ ਦੋ ਸਲਾਈਸ ਖਾ ਜਾਓ। ਹਾਂਜੀ, ਤਾਂ ਭਾਈ ਸਾਡਾ ਤਾਂ ਸਵਾਦ ਹੀ ਕਰਕਰਾ ਹੋ ਜਾਂਦਾ, ਕੁਰਕਰਾ ਹੋ ਜਾਂਦਾ ਵੀ ਕਰਕਰਾ ਕਹਿੰਦੀ ਹਾਂ। ਇਹ ਦੇਖੋ ਜੀ, ਇਹ ਮੇਰੀ ਜੌ ਦੀ ਰੋਟੀ ਹੈ, ਔਰ ਇਹਦੇ ਨਾਲ ਅਸੀਂ ਕਰਨ ਲੱਗੇ ਹਾਂ ਆਪਣਾ ਦੁਪਹਿਰ ਦਾ ਖਾਣਾ ਪੀਣਾ। ਇਹ ਵਾਲਾ ਸਲਾਦ ਹੈ। ਅੱਛਾ, ਜਦੋਂ ਇਹ ਸੈਲਡ ਬਣਿਆ ਨਾ ਤਾਂ ਮੈਨੂੰ ਯਾਦ ਆਇਆ ਬਈ ਜਿਸ ਜ਼ਮਾਨੇ ਦੇ ਵਿੱਚ ਨਾ ਹਰ ਚੀਜ਼ ਸਸਤੀ ਸੀ, ਉਸ ਟਾਈਮ ਪੈਸਾ ਤਾਂ ਇੰਨਾ ਨਹੀਂ ਸੀ, ਅਤੇ ਸਾਡੇ ਜਦੋਂ ਕਣਕਾਂ ਵੱਢੀਆਂ ਜਾਂਦੀਆਂ ਸਨ ਨਾ, ਅਤੇ ਬਾਹਰ ਜਿਹੜਾ ਵਿਚਾਰਾ ਮਜ਼ਦੂਰ ਤਬਕਾ ਹੁੰਦਾ ਸੀ ਜਿਹੜੇ ਕਣਕ ਵੱਢਦੇ ਸਨ ਵਾਢੀਆਂ 'ਤੇ, ਉਹਨਾਂ ਨੇ ਕੀ ਕਰਨਾ ਕਿ ਉਹਨਾਂ ਨੇ ਸਾਡੇ ਘਰੋਂ ਆ ਕੇ ਅਚਾਰ ਲੈਣਾ, ਨਾਲ ਐਂਜੀ ਗੰਢੇ ਕੱਟੇ ਹੁੰਦੇ ਸਨ, ਟਮਾਟਰ ਹੁੰਦੇ ਸਨ ਉਹਨਾਂ ਕੋਲ, ਹਰੀਆਂ ਮਿਰਚਾਂ ਉਹਨਾਂ ਨੇ ਸਾਡੇ ਹੀ ਉੱਥੋਂ ਲੱਗੇ ਹੋਏ ਤੋੜਨੇ, ਨਾਲ ਸਲਾਦ ਬਣਾਉਣਾ, ਅੰਦਰੋਂ ਸਾਡੇ ਘਰੋਂ ਲੱਸੀ ਲੈਣੀ, ਅਤੇ ਉਹਨਾਂ ਨੇ ਸਬਰ ਸ਼ੁਕਰ ਦੇ ਨਾਲ ਰੋਟੀ ਖਾਣੀ। ਔਰ ਇੰਨੇ ਖੁਸ਼ ਹੁੰਦੇ ਸਨ ਉਹ ਲੋਕ ਕਿ ਮੈਂ ਬਿਆਨ ਨਹੀਂ ਕਰ ਸਕਦੀ। ਹੁਣ ਤਾਂ ਅੱਲਾ ਜਾਣੇ ਖੁਸ਼ੀਆਂ ਕਿੱਥੇ ਟੁਰ ਗਈਆਂ ਨੇ, ਜਾਂ ਖੁਸ਼ੀਆਂ ਟੁਰ ਗਈਆਂ ਨੇ ਜਾਂ ਲੋਕ ਖੋ ਲੈਂਦੇ ਨੇ। ਲੱਗਦਾ ਤਾਂ ਮੈਨੂੰ ਇੰਝ ਹੀ ਹੈ ਕਿ ਲੋਕ ਖੁਸ਼ੀਆਂ ਖੋ ਲੈਂਦੇ ਨੇ, ਅਤੇ ਖੁਸ਼ੀਆਂ ਖੈਰ ਨਹੀਂ ਖੋਣੀਆਂ ਚਾਹੀਦੀਆਂ। ਬਿਸਮਿਲ੍ਲਾ ਪੜ੍ਹਨੇ ਆ, ਪੜ੍ਹ ਕੇ ਆਪਣੀ ਰੋਟੀ ਸ਼ੁਰੂ ਕਰਨੇ ਆ, ਅਤੇ ਤੁਸੀਂ ਸਾਰੇ ਵੀ ਆਓ, ਆ ਕੇ ਖਾਓ ਆਲੂ ਵਾਲੀ ਟਿੱਕੀ। ਇਹ ਮੇਰੀ ਬੜੀ ਫੇਵਰੇਟ ਹੈ, ਔਰ ਇਸ ਟਿੱਕੀ ਨਾਲ ਮੇਰੀਆਂ ਬੜੀਆਂ ਯਾਦਾਂ ਨੇ। ਮੇਰੀ ਮਾਂ ਅੱਲਾ ਬਖਸ਼ੇ ਇਹ ਬਣਾਉਂਦੇ ਹੁੰਦੇ ਸਨ, ਔਰ ਕਦੀ ਬੇਸਣ ਲਗਾ ਕੇ, ਅੰਡੇ ਵਾਲੀ ਟਿੱਕੀ ਤਾਂ ਬੜੀ ਘੱਟ ਸਾਡੇ ਘਰ ਬਣਦੀ ਸੀ, ਬੇਸਣ ਲਗਾ ਕੇ ਫਰਾਈ ਕੀਤੀ ਜਾਂਦੀ ਸੀ। ਬਹੁਤ ਮਜ਼ੇ ਦੀ ਬਣੀ, ਬਹੁਤ। ਇਹ ਟਿੱਕੀਆਂ ਜੀ ਅੱਜ ਬਣਾਈਆਂ ਨੇ ਸਿਦਰਾ ਬੀਬੀ ਨੇ, ਕਿਉਂਕਿ ਇਸ ਤਰ੍ਹਾਂ ਦੇ ਕੰਮ ਉਹੀ ਕਰਦੀ ਹੈ। ਸਾਡੇ ਤਾਂ ਗੋਡੇ ਗਿੱਟੇ ਦੇ ਗਏ ਨੇ ਜਵਾਬ, ਹਾਂਡੀ ਪਕਾ ਲਈ ਦੀ ਹੈ। ਇਹ ਆਲੂ ਦੀ ਟਿੱਕੀ, ਆਲੂ ਦਾ ਪਰਾਠਾ, ਇਹ ਉਹਦੇ ਕੰਮ ਨੇ। ਚਲੋ ਜਨਾਬ, ਅਸੀਂ ਜਿਹੜਾ ਵੀ ਉਹ ਰੋਟੀ ਖਾ ਲਈ ਹੈ, ਹੁਣ ਮੈਂ ਸਿੱਧਰਾਂ ਨੂੰ ਕਿਹਾ ਵੀ ਘੁੱਟ ਚਾਹ ਦਾ ਵੀ ਪਿਆ ਦੇ, ਚਾਹ ਵੀ ਪੀ ਲਈਏ। ਅਤੇ ਜਨਾਬ ਸੁਣਿਓ, ਗੱਲ ਕੁਛ ਇਸ ਤਰ੍ਹਾਂ ਹੈ, ਮੈਂ ਨਹੀਂ ਸੋ ਚਾਹੁੰਦੀ ਇਸ ਟੋਪਿਕ 'ਤੇ ਵਾਰ ਵਾਰ ਗੱਲ ਕਰ, ਜਾਂ ਤਾਂ ਲੋਕਾਂ ਨੂੰ ਸਮਝ ਨਹੀਂ ਆ ਰਹੀ
ਸਮਝਦੀ ਆ ਫਿਰ ਮੈਨੂੰ ਸਮਝ ਨਹੀਂ। ਮੈਂ ਇੰਨੀਆਂ ਦਲੀਲਾਂ ਦੇ ਕੇ ਮੈਂ ਇਸਲਾਮ ਦੇ ਪੁਆਇੰਟ ਆਫ ਵਿਊ ਨਾਲ ਗੱਲਾਂ ਕੀਤੀਆਂ ਮਗਰ ਕਿਸੇ 'ਤੇ ਅਸਰ ਨਹੀਂ। ਰੌਲਾ ਇੱਕੋ ਹੀ ਹੈ, ਵਿਊਜ਼ ਦਾ ਚੱਕਰ ਹੈ, ਡੋਲਰਸ ਦਾ ਚੱਕਰ ਹੈ, ਹੋਰ ਕੁਛ ਵੀ ਨਹੀਂ। ਅਤੇ ਮੈਂ ਕੱਲ੍ਹ ਵੀ ਇੱਕ ਵੀਡੀਓ ਦੇਖੀ, ਅੱਜ ਵੀ ਇਹ ਹੁਣੇ ਹੀ ਤਾਜ਼ਾ ਮੈਂ ਦੁਪਹਿਰੀ ਜ਼ਰਾ ਸੌਂ ਗਈ ਸਾਂ, ਉੱਠੀ ਹਾਂ, ਉੱਠ ਕੇ ਨਮਾਜ਼ ਪੜ੍ਹੀ ਹੈ ਅਤੇ ਮੈਂ ਫੋਨ ਚੁੱਕਿਆ ਅਤੇ ਉਹਦੇ ਉੱਤੇ ਉਹ ਕੀ ਹੈ ਖੁੱਲ੍ਹਿਆ ਹੋਇਆ ਸੀ ਪਰਚਾ। ਅੱਛਾ, ਰਾਤੀ ਵੀ ਇੱਕ ਵੀਡੀਓ ਦੇਖੀ, ਫਿਰ ਅੱਜ ਇੱਕ ਕਮੈਂਟ ਵੀ ਮੈਨੂੰ ਮਹਿਸੂਲ ਹੋਇਆ। ਅਗਰ ਮੇਰੇ ਨਾਲ ਮੁਹੱਬਤ ਹੈ ਨਾ, ਤਾਂ ਫਿਰ ਮੇਰੇ ਨਾਲ ਜੁੜੇ ਹੋਏ ਰਿਸ਼ਤਿਆਂ ਨਾਲ ਵੀ ਮੁਹੱਬਤ ਹੋਣੀ ਚਾਹੀਦੀ। ਅਗਰ ਮੇਰਾ ਇੱਜ਼ਤ ਇਹਤਰਾਮ ਹੈ, ਤਾਂ ਮੇਰੇ ਨਾਲ ਜੁੜਿਆ ਹੋਇਆਂ ਦਾ ਵੀ ਇੱਜ਼ਤ ਇਹਤਰਾਮ ਜ਼ਰੂਰ ਹੋਣਾ ਚਾਹੀਦਾ। ਤੁਸੀਂ ਇੱਕ ਚੀਜ਼ ਇਹ ਹਮੇਸ਼ਾ ਜ਼ਿਹਨ ਵਿੱਚ ਰੱਖੋ ਕਿ ਅੱਜ ਕਿਸੇ ਨੂੰ ਇੱਜ਼ਤ ਦਿਓਗੇ, ਅੱਲਾਹ ਤੁਹਾਨੂੰ ਵੀ ਇੱਜ਼ਤ ਦੇਵੇਗਾ। ਤੁਸੀਂ ਕਿਸੇ ਨੂੰ ਇੱਜ਼ਤ ਨਹੀਂ ਦਿਓਗੇ ਨਾ, ਆਪਣੀ ਇੱਜ਼ਤ ਵੀ ਰੁਲ ਜਾਂਦੀ ਹੈ, ਆਪਣੀ ਇੱਜ਼ਤ ਵੀ ਕੱਖਾਂ ਦੁਆਲੀ ਹੋ ਜਾਂਦੀ ਹੈ। ਅਤੇ ਇਸ ਤਰ੍ਹਾਂ ਦੀ ਹਰਕਤਾਂ ਵਾਰ ਵਾਰ ਕਰਨ ਦਾ ਮੇਰਾ ਖਿਆਲ ਹੈ ਕਿ ਕੋਈ ਮਤਲਬ ਜਿਹੜਾ ਵੀ ਉਹ ਨਹੀਂ ਬਣਦਾ। ਮੈਂ ਕੱਲ੍ਹ ਵੀਡੀਓ ਦੇਖ ਰਹੀ ਸਾਂ, ਉਹਦੇ ਉੱਤੇ ਇੱਕ ਐੱਫ ਆਈ ਆਰ ਲੱਗੀ ਹੋਈ ਸੀ, ਇਹ ਡਿਲੀਟ ਹੈ, ਇਹ ਮੈਸੇਜ ਹੈ, ਇਹ ਬਾਕੀ ਦੇ ਕਰਤੂਤ ਨੇ। ਇਹ ਜੀ ਅਗਰ ਹੀਨਾ ਜੀ ਨੇ ਕਿਹਾ ਕਿ ਤੂੰ ਫਿਲਟਰ ਲਾਇਆ ਹੋਵੇ, ਮੈਂ ਇਹ ਪੁੱਛਣੀ ਆ ਇਹ ਜਿਹੜਾ ਵੀ ਫਿਲਟਰ ਇਹ ਸਾਡੇ ਕਮੈਂਟਸ 'ਤੇ ਕਿਉਂ ਨਹੀਂ ਆਉਂਦਾ? ਮੈਂ ਉਸ ਤੋਂ ਬਾਅਦ ਫੌਰੀ ਆਪਣੇ ਕਮੈਂਟਸ ਦੇਖੇ ਜਾ ਕੇ, ਔਰ ਵਾਈ ਟੀ 'ਤੇ ਵੀ ਜਾ ਕੇ ਦੇਖੇ, ਮੈਂ ਯੂਟਿਊਬ 'ਤੇ ਵੀ ਜਾ ਕੇ ਦੇਖੇ, ਮਗਰ ਇਹ ਵਾਲੇ ਜਿਹੜੇ ਸਨ ਨਾ ਡਿਲੀਟ ਔਰ ਯੇ ਔਰ ਵੋ, ਮੇਰੇ ਉਹਦੇ 'ਤੇ ਤਾਂ ਨਹੀਂ ਆ ਰਹੇ ਸਨ। ਇਹ ਤਾਂ ਆਪਸ਼ਨ ਆਉਂਦੀ ਹੈ ਟਿਕਟੋਕ ਦੇ ਉੱਪਰ, ਤੁਸੀਂ ਤਾਂ ਖੁਦ ਹੀ ਤੁਸੀਂ ਆਪ ਕਹਿ ਰਹੇ ਹੋ ਕਿ ਅਸੀਂ ਫਿਲਟਰ ਲਾਇਆ ਹੋਇਆ, ਇਹ ਵੇਖੋ ਤਾਂ ਕਿ ਤੁਸੀਂ ਸਾਰੇ ਚੈੱਕ ਕਰੋ। ਬੀਬੀ, ਇਹ ਗੱਲਾਂ ਗਲਤ ਨੇ, ਇਹ ਗੱਲਾਂ ਝੂਠ ਨੇ, ਇਲਜ਼ਾਮਾਤ ਕੌਣ ਕਿਹਦੇ 'ਤੇ ਲਗਾ ਰਿਹਾ ਵੇ? ਇਹ ਤੁਸੀਂ ਰਿਐਕਸ਼ਨ ਵਾਲੀਆਂ ਵੇਖੋ। ਇਹ ਰਿਐਕਸ਼ਨ ਚੈਨਲ ਜਿਹੜਾ ਵੇ ਇਹ ਯੂਟਿਊਬ ਨੇ, ਮੈਨੂੰ ਸਮਝ ਨਹੀਂ ਆਈ ਕਿ ਕਿਉਂ ਬਣਾ ਦਿੱਤਾ ਵੇ। ਇਹ ਤਾਂ ਇੱਕ ਜਿਹੜੀ ਉਹ ਕਹਿੰਦੇ ਸਨ ਨਾ ਆਲਮੀ ਜੰਗ ਲੱਗਣੀ ਹੈ, ਇਹ ਉਸ ਜੰਗ ਦਾ ਆਗਾਜ਼ ਹੈਗਾ। ਇਹ ਆਲਮੀ ਜੰਗ ਜਿਹੜੀ ਹੈ ਨਾ, ਇਹ ਇੱਥੋਂ ਸਟਾਰਟ ਹੋ ਰਹੀ ਹੈ। ਇਹ ਕੋਈ ਤਰੀਕਾਕਾਰ ਹੈ ਜਾਂ ਇਸ ਤਰ੍ਹਾਂ ਉਹਨਾਂ 'ਤੇ ਜਾ ਕੇ ਗੱਲਾਂ ਕਰਨੀਆਂ, ਉਹਨਾਂ 'ਤੇ ਜਾ ਕੇ ਪਰਵਸ਼ਾਂ 'ਤੇ ਹਿਨਾਂ 'ਤੇ ਉਹਨਾਂ ਨੂੰ ਹਿੱਟ ਕਰਨਾ, ਕਿਉਂ ਉਹਨੇ ਕੋਈ ਤੇਰਾ ਟਾਂਗਾ ਸੜਕੋਂ ਲਾਤਾ? ਅਗਰ ਤੂੰ ਪੜ੍ਹੀ ਲਿਖੀ ਹੈ ਨਾ, ਤਾਂ ਮੈਂ ਕਹਿੰਦੀ ਹਾਂ ਕਿ ਸ਼ੁਕਰ ਅਲਹਮਦੁਲਿਲਾ, ਕਿ ਮੈਂ ਜਿਹੜੀਆਂ ਉਹ ਚਾਰ ਜਮਾਤਾਂ ਪੜ੍ਹੀਆਂ ਨਾ, ਅਲਹਮਦੁਲਿਲਾ ਮੇਰੇ 'ਚ ਇੰਨਾ ਸ਼ੌਰ ਹੈ ਵੀ ਕਿ ਮੈਂ ਕਿਸੇ ਬਜ਼ੁਰਗ ਦੀ ਜਾਂ ਆਪਣੇ ਤੋਂ ਬੜੀ ਉਮਰ ਦੀ ਮੈਂ ਉਹਨਾਂ ਨਾਲ ਬਹਿਸ ਨਹੀਂ ਕਰ ਸਕਦੀ, ਮੈਂ ਉਹਨਾਂ ਨੂੰ ਬੇਇੱਜ਼ਤ ਨਹੀਂ ਕਰ ਸਕਦੀ, ਕਿਉਂਕਿ ਮੇਰੇ ਨਬੀ ਦਾ ਵੀ ਫਰਮਾਨ ਕਿ ਮੇਰੀ ਉਮਰ ਦੇ ਬਜ਼ੁਰਗਾਂ ਦੀ ਇੱਜ਼ਤ ਕਰੋ। ਬਜ਼ੁਰਗਾਂ ਤੋਂ ਮੁਰਾਦ ਇਹ ਨਹੀਂ ਹੁੰਦਾ ਕਿ ਜਿਹਦੇ ਸਿਰ 'ਚ ਚਿੱਟੇ ਵਾਲ ਆ ਗਏ ਨੇ, ਐਡੀ ਐਡੀ ਚਿੱਟੀ ਦਾੜੀ ਹੈ, ਹੱਥ 'ਚ ਲਾਠੀ ਆ ਗਈ, ਉਹ ਬਜ਼ੁਰਗ ਹੋ ਗਿਆ। ਨਹੀਂ, ਜੋ ਤੁਹਾਡੇ ਤੋਂ ਬੜੇ ਨੇ, ਮੇਰਾ ਖਿਆਲ ਹੈ ਕਿ ਤੂੰ ਜਿਹੜਾ ਮੈਂ ਨਾ ਉਹ ਰਿਐਕਸ਼ਨ ਵਾਲੀ ਲੇਡੀ, ਕਿ ਤੂੰ ਪਲਵਸ਼ਾ ਦੀ ਬੇਟੀ ਦੀ ਏਜ ਦੀ ਹੋਏਗੀ, ਔਰ ਤੂੰ ਕਿੰਨਾ ਉਹਨੂੰ ਜ਼ਲੀਲ ਕੀਤਾ ਹੋਇਆ। ਮੈਨੂੰ ਜ਼ਿੰਦਗੀ 'ਚ ਕਦੀ ਤੇਰੀ ਸੱਸ ਮਿਲੀ ਨਾ, ਮੈਨੂੰ ਜ਼ਰੂਰ ਮਿਲਣਾ ਚਾਹਵਾਂਗੀ ਕਿ ਮੈਂ ਉਹਨੂੰ ਪੁੱਛਾਂ ਕਿ ਕਿਆ ਇਹ ਤਾਬਿਆਦਾਰ ਬਹੂ ਹੈ, ਜਾਂ ਮੈਂ ਤੇਰੇ ਮਾਂ ਬਾਪ ਨੂੰ ਪੁੱਛਾਂ ਕਿ ਕਿਆ ਇਹ ਤਾਬਿਆਦਾਰ ਬੇਟੀ ਹੈ।
ਕਿਆ ਤੁਹਾਡੀ ਬਹੁਤ ਜਿਹੜਾ ਵੇ ਉਹ ਸ਼ਰਮ ਹਿਜਾਬ ਵਾਲੀ ਬੇਟੀ, ਕਿਉਂਕਿ ਸ਼ਰਮ ਹਿਜਾਬ ਇਹ ਨਹੀਂ ਹੁੰਦੀ ਕਿ ਪਰਦਾ ਕਰ ਲਿਆ, ਜਿਹੜਾ ਵੇ ਹੱਥਾਂ 'ਤੇ ਦਸਤਾਨੇ ਝਾੜ ਲਏ, ਪੈਰਾਂ 'ਚ ਜੁਰਾਬਾਂ ਪਾ ਲਈਆਂ, ਠੀਕ ਹੈ ਅਸੀਂ ਜੀ ਬਹੁਤ ਇਸਲਾਮੀ ਹਾਂ, ਨੇਕ ਹੈਗੇ ਹਾਂ, ਸ਼ਰਮ ਹਿਜਾਬ ਹਿਜਾਬ ਤਾਂ ਜ਼ੁਬਾਨ ਦੇ ਵਿੱਚ ਵੀ ਹੋਣੀ ਚਾਹੀਦੀ, ਤੇਰੀ ਤਾਂ ਜ਼ੁਬਾਨ 'ਚ ਹਿਜਾਬ ਹੋਈ। ਤੂੰ ਮੈਨੂੰ ਕਹਿੰਦੀ ਹੈ ਕਿ ਆਪਕੀ ਆਪਕੀ ਤਰ੍ਹਾਂ ਆਪਕੀ ਆਵਾਜ਼ ਬੜੀ ਪਿਆਰੀ ਹੈ, ਖੇਤ ਸਵਾਹ ਮੇਰੀ ਆਵਾਜ਼ ਪਿਆਰੀ ਹੈ, ਮੈਂ ਤੈਨੂੰ ਬੇਟੀ ਬੇਟੀ ਕਹਿ ਕੇ, ਤੈਨੂੰ ਭੈਣ ਭੈਣ ਕਹਿ ਕੇ ਕਿ ਦੇਖ ਉਹ ਬਹੁਤ ਸਾਰੀ ਪ੍ਰੋਬਲਮ 'ਚ ਹੀ ਨਾ, ਉਹਦੇ ਪਿੱਛੇ ਇਸ ਤਰ੍ਹਾਂ ਹੱਥ ਧੋ ਕੇ ਪੈਣ ਦਾ ਮਤਲਬ, ਫਿਰ ਤੂੰ ਕਹਿੰਦੀ ਹੈ ਮੈਨੇ ਕਭੀ ਵਸੀਮ ਦਾ ਨਾਮ ਨਹੀਂ ਲਿਆ, 34 ਕਰੋੜ ਵੀਡੀਓਸ ਤੂੰ ਵਸੀਮ ਦਾ ਨਾਮ ਲਿਆ, ਤੂੰ ਹੋਰ ਤੂੰ ਉਹਦੀ ਬੇਟੀ ਦੇ ਪਿੱਛੇ ਪੈ ਗਈ ਹੈ, ਤੇਰਾ ਮਤਲਬ ਬਣਦਾ ਕੋਈ ਬੇਟੀ ਦਾ ਨਾਮ ਲੈਣ ਦਾ? ਹੈਂ, ਉਸ ਵਿਚਾਰੀ ਬੱਚੀ ਨੇ ਆਪਣਾ ਚੈਨਲ ਆਪਣੀ ਮਾਂ ਦਾ ਹੱਥ ਹੀ ਵੰਡਾ ਰਹੀ ਸੀ ਨਾ, ਉਹਨੇ ਆਪਣਾ ਚੈਨਲ ਹੀ ਬੰਦ ਕਰ ਦਿੱਤਾ, ਉਹਨੇ ਯੂਟਿਊਬ ਤੋਂ ਸਾਰੀ ਆਪਣੀਆਂ ਵੀਡੀਓਜ਼ ਰਿਮੂਵ ਕਰ ਦਿੱਤੀਆਂ, ਕਿਆ ਇਹ ਤੇਰੀ ਇਨਸਾਨੀਅਤ ਹੈ? ਇੱਕ ਇਕੱਲੀ ਔਰਤ ਹੈ, ਉਹਨੇ ਆਪਣੇ ਸਿਰ 'ਤੇ ਆਪਣੇ ਘਰ ਦਾ ਭਾਰਾ ਚੁੱਕਿਆ ਹੋਇਆ, ਔਰ ਤੇਰੇ ਕੋਈ ਬਰਦਾਸ਼ਤ ਨਹੀਂ ਹੋ ਰਿਹਾ ਕਿ ਤੂੰ ਜਿਹੜਾ ਵੇ, ਇਹਦਾ ਮਤਲਬ ਹੈ ਕਿ ਹਸਦ ਹੈ, ਔਰ ਇਹ ਬਿਲਕੁਲ ਹਸਦ ਹੈ, ਇਹਨੂੰ ਮੈਂ ਹਸਦ ਹੀ ਕਹਾਂਗੀ, ਕਿਉਂਕਿ ਇੱਕ ਐਸਾ ਹਸਦ ਹੈ ਕਿ ਜਿਹਦਾ ਇਲਾਜ ਕਿਸੇ ਕੋਲ ਨਹੀਂ ਹੈ। ਅੱਜ ਫਿਰ ਕੀ ਜੀ, ਇਹ ਤਾਂ ਵੀਡੀਓ ਵੈਡਿੰਗ ਦੀ ਲੱਗਣੀ ਲੱਗਣੀ ਸੀ, ਕਿਉਂਕਿ ਪ੍ਰਮੋਸ਼ਨ ਦੇ ਰਹੀ ਸੀ। ਮੈਂ ਕਹਿੰਦੀ ਹਾਂ ਅਗਰ ਤੂੰ ਫੇਮਸ ਯੂਟਿਊਬਰ ਹੋ ਜਾਏ, ਅੱਲਾ ਕਰੇ ਕਿ ਤੇਰੀ ਜ਼ਬਾਨ ਦੇ ਵਿੱਚ ਮਿਠਾਸ ਆਏ, ਤੇਰੀ ਜ਼ਬਾਨ 'ਚ ਇੱਜ਼ਤ ਇਹਤਰਾਮ ਆਏ, ਤੇਰੇ ਦਿਲ 'ਚ ਕਿਸੇ ਦਾ ਅਹਿਸਾਸ ਪੈਦਾ ਹੋਏ, ਅਤੇ ਅੱਲਾ ਤੈਨੂੰ ਇੱਜ਼ਤ ਦੇਵੇ, ਔਰ ਅਗਰ ਤੈਨੂੰ ਵੀ ਲੋਕ ਕਹਿਣਗੇ ਨਾ ਪ੍ਰਮੋਸ਼ਨ ਵਾਸਤੇ, ਤੂੰ ਦੌੜ ਕੇ ਦੇਵੇਂਗੀ। ਉਹ ਇੱਕ ਹੋਰ ਕੁੜੀ ਹੈ ਕਿ ਅਲੀਜ਼ ਮਦਰ ਦੇ ਨਾਮ, ਮੈਂ ਉਹਨੂੰ ਇਹ ਪੁੱਛਾਂਗੀ ਕਿ ਤੈਨੂੰ ਤਾਂ ਜਾਣਦਾ ਹੀ ਕੋਈ ਨਹੀਂ, ਕਿਉਂ ਤੂੰ ਕਿਤੋਂ ਨਵੀਂ ਨਵੀਂ ਨਿਕਲੀ ਹੈ ਕਿਸੇ ਡੱਬੀ ਦੇ ਵਿੱਚ, ਹੈਂ ਤੂੰ ਸ਼ੁਰੂ ਹੋ ਗਈ ਹੈ, ਅਤੇ ਉਹ ਤਾਂ ਸਾਰੀ ਦੁਨੀਆ ਨੂੰ ਨਜ਼ਰ ਆਉਂਦਾ ਪਿਆ ਵੇ ਕਿ ਤੁਸੀਂ ਸਿਰਫ ਵਿਊਜ਼ ਦੀ ਹਾਸਿਲ ਕਰਨ ਵਾਸਤੇ, ਠੀਕ ਹੈ, ਕਿਉਂਕਿ ਤੇਰਾ ਰੈਵਨਿਊ ਉੱਪਰ ਜਾਣ ਲੱਗ ਗਿਆ, 4 ਪੈਸੇ ਆਉਣ ਲੱਗ ਗਏ। ਅੱਜ ਅਗਰ ਤੂੰ ਕੋਸ਼ਿਸ਼ ਕਰਕੇ ਕਿਸੇ ਦਾ ਰਿਸਕ ਮਰਵਾਏਂਗੀ, ਉਹਨਾਂ ਦਾ ਰਿਸਕ ਨਹੀਂ ਮਰਦਾ, ਉਹ ਬੜੇ ਚੰਗੇ ਮਾਂ ਪਿਓ ਦੀਆਂ ਧੀਆਂ ਨੇ, ਉਹ ਬੜੀਆਂ ਚੰਗੀਆਂ ਫੁੱਫੀਆਂ ਦੀਆਂ ਭਤੀਜੀਆਂ ਨੇ, ਉਹ ਬੜੇ ਚੰਗੇ ਤਾਏ ਦੀਆਂ ਧੀਆਂ ਨੇ, ਉਹ ਬੜੇ ਚੰਗੇ ਦਾਦੇ ਦਾਦੀ ਦੀਆਂ ਪੋਤਰੀਆਂ ਨੇ, ਉਹਨਾਂ ਦਾ ਰਿਸਕ ਤੂੰ ਇੰਝ ਨਹੀਂ ਬੰਦ ਕਰ ਸਕਦੀ, ਇਹ ਹਸਦ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ। ਔਰ ਫਿਰ ਤੂੰ ਉਹਨਾਂ ਨੂੰ ਕਹਿੰਦੀ ਹੈ ਕਿ ਤੁਹਾਡੇ ਰਿਸ਼ਤੇਦਾਰ ਜਿਹੜੇ ਨੇ ਇਹ ਉਹ ਕਰ ਰਹੇ ਨੇ, ਮੈਂ ਕਹਿੰਦੀ ਹਾਂ ਹਰਪਰ ਉਹਨਾਂ ਨੂੰ ਇਸ ਗੱਲ ਦਾ ਮੈਂ ਕੁਰਾਨ ਦੇਣ ਨੂੰ ਤਿਆਰ ਹਾਂ ਕਿ ਸਾਡੀ ਫੈਮਿਲੀ ਦੇ ਵਿੱਚ ਕੋਈ ਇਹੋ ਜਿਹਾ ਜਾਹਿਲ ਨਹੀਂ ਹੈ ਜਿਹੜਾ ਉੱਠ ਕੇ ਮਜ਼ਾਕ ਦੇ ਨਾਲ ਵੀ ਇੰਝ ਕਿਸੇ ਦੇ ਬਾਰੇ 'ਚ ਲਿਖੇ, ਕਿਉਂਕਿ ਸਾਨੂੰ ਪਤਾ ਹੈ ਆਪਣੇ ਆਪ ਦਾ। ਮੇਰੀ ਵਾਲਦਾ ਜਿਹੜੇ ਸਨ ਉਹ ਮਿਡਲ ਸਕੂਲ ਦੇ ਹੈੱਡ ਮਿਸਟਰ ਸਨ, ਮੇਰੀ ਅੰਮੀ ਤੋਂ ਜਿਹੜੀ ਬੜੇ ਮੇਰੇ ਖਾਲਾ ਸਨ ਉਹ ਸਕੂਲ ਟੀਚਰ ਸਨ, ਮੇਰੀ ਛੋਟੀ ਖਾਲਾ ਜਿਹੜੇ ਨੇ ਉਹ 19 ਗ੍ਰੇਡ ਤੋਂ ਰਿਟਾਇਰਡ ਹੈੱਡ ਮਿਸਟਰ ਸਨ, ਮੇਰੀ ਸਭ ਨਾਲ ਬੜੇ ਖਾਲਾ ਜਿਹੜੇ ਸਨ ਅੱਲਾ ਦੀ ਜ਼ਾਤ ਨਾਲ ਸਤ ਜਨਤਾ ਜਿਹਨਾਂ ਦਾ ਘਰ ਕਰੇ, ਇਹ ਮੇਰੀਆਂ ਮਾਵਾਂ ਮਾਸੀਆਂ ਅਤੇ ਉਹਨਾਂ ਦੀਆਂ ਬੁੱਕੀਆਂ, ਠੀਕ ਹੈ, ਉਹ ਬੜੇ ਸਾਡੇ ਖਾਲਾ, ਉਹ ਬਹੁਤ ਸੁਗਰ ਸਨ। 8ਵੀਂ ਕਲਾਸ ਦੇ ਵਿੱਚ ਉਹਨਾਂ ਦੀ ਖਾਨਾਦਾਰੀ ਹੋਈ, ਅੰਗਰੇਜ਼ਾਂ ਦਾ ਦੌਰ ਸੀ ਉਹ ਕਿਧਰੇ, ਅਤੇ ਉਸ ਵਕਤ ਉਹ ਪੰਜਾਬ ਦੇ ਵਿੱਚ ਫਸਟ ਆਏ, ਇਹ ਪਿਆਲੀ ਨਹੀਂ ਸੀ ਦੂਸਰੀ ਪਿਆਲੀ ਜਿਹੜੀ,
ਇਹਦੇ ਚਾਹ ਨਹੀਂ ਠਰਦੀ ਹੈ, ਇਹਨਾਂ ਦੇ ਮੈਨੂੰ ਦੂਜੀ ਪਿਆਲੀ ਦੇ ਉਹ ਜਿਹੜੀਆਂ ਦੂਜੀਆਂ ਪਈਆਂ ਹੁੰਦੀਆਂ। ਸਿੱਧਰਾਂ ਨੇ ਆ ਕੇ ਵਿੱਚ ਸਾਰਾ ਸਵਾਦ ਹੀ ਬੁਝਾ ਦਿੱਤਾ। ਅੱਛਾ, ਉਹਨਾਂ ਸਾਡੀ ਖਾਲਾ ਦੀ ਔਲਾਦ, ਅਗਰ ਬੀਬੀ ਮੈਂ ਤੈਨੂੰ ਦੱਸਾਂ ਨਾ ਤਾਂ ਤੇਰੇ ਕੰਨਾਂ ਦੇ ਪਰਦੇ ਵੀ ਸ਼ਾਇਦ ਫਟ ਜਾਣ ਕਿ ਇੰਤਹਾਈ ਪੜ੍ਹੇ ਲਿਖੇ ਸਾਡਾ ਖਾਨਦਾਨ ਕਿੰਨਾ ਹੈ। ਮੇਰੀ ਵਾਲਦਾ ਦੀਆਂ 4 ਭੈਣਾਂ ਅਤੇ 2 ਭਰਾ, ਉਹਨਾਂ ਦੀਆਂ ਔਲਾਦਾਂ, ਅਤੇ ਅੱਗੋਂ ਮੇਰੀ ਬੜੀ ਖਾਲਾ ਦੀ ਔਲਾਦ ਦੀ ਔਲਾਦ, ਸਾਨੂੰ ਤਾਂ ਫਖਰ ਹੁੰਦਾ ਹੈ ਉਹਨਾਂ 'ਤੇ ਕਿ ਸਾਡੇ ਬੱਚੇ ਕਿੰਨੇ ਕਾਬਲ ਨੇ, ਕਿ ਅਸੀਂ ਜਿਹੜਾ ਵੇ ਕਿਸੇ ਨੂੰ ਦੱਸਦੇ ਹਾਂ ਅਤੇ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ। ਅਤੇ ਤੂੰ ਕਿਸ ਤਰ੍ਹਾਂ ਵਾਰ ਵਾਰ ਗੱਲਾਂ ਕਰਨੀ ਹੈ, ਤੁਹਾਡੀ ਫੈਮਲੀ ਤੁਹਾਡੀ ਫੈਮਲੀ, ਇਹ ਪਲਵਸ਼ਾ ਹਿਨਾ ਦੀ ਉਹ ਫੈਮਲੀ ਹੈ ਜਿਨ੍ਹਾਂ ਨੇ ਸੀਰਤ ਉਲ ਨਬੀ ਦੇ ਵੀ ਕਿਤਾਬ ਲਿਖੀ, ਔਰ ਲਾ ਤਫਰਕੂ ਕਿਤਾਬ ਲਿਖਣ ਵਾਲੀ ਮੁਸਨਫਾ ਕੌਣ ਨੇ, ਮੇਰੀ ਬੜੀ ਖਾਲਾ ਦੀ ਬੇਟੀ, ਪਲਵਸ਼ਾ ਦੀ ਸਭ ਨਾਲ ਬੜੀ ਵਾਲੀ ਉਹਦੀ ਬੇਟੀ। ਸੀਰਤ ਉਲ ਨਬੀ ਦੀ ਕਿਤਾਬ ਵਾਲੀ ਕਿਤਾਬ ਲਿਖਣ ਵਾਲਾ ਕੌਣ ਹੈ, ਮੇਰੀ ਉਨ੍ਹਾਂ ਹੀ ਖਾਲਾ ਜ਼ਾਦ ਭੈਣ ਦੇ ਮੀਆਂ, ਠੀਕ ਹੈ। ਔਰ ਸਾਡੀ ਫੈਮਲੀ 'ਚ ਸ਼ਾਇਰ ਵੀ ਨੇ, ਮੇਰੀ ਬੜੀ ਖਾਲਾ ਦੇ ਬੇਟੇ। ਮੈਂ ਸਾਰੀ ਗੱਲਾਂ ਖੋਲ੍ਹ ਕੇ ਨਹੀਂ ਦੱਸ ਸਕਦੀ, ਮਗਰ ਤੈਨੂੰ ਇਸ ਗੱਲੋਂ ਦੱਸ ਰਹੀ ਹਾਂ ਕਿ ਤੂੰ ਫੈਮਲੀ ਦਾ ਨਾਮ ਵਾਰ ਵਾਰ ਵਿੱਚ ਲੈ ਕੇ ਆਉਂਦੀ ਹੈ। ਇਹ ਵੇਖੋ ਜੀ, ਦੇਸੀ ਪਿਆਲੀਆਂ ਵੀ ਰੱਖੀਆਂ ਨੇ, ਕਦੀ ਕਦੀ ਇਹਨਾਂ 'ਚ ਵੀ ਚਾਹ ਪੀਵੀ ਦੀ ਹੈ, ਆਪਣਾ ਆਪ ਨਹੀਂ ਭੁੱਲੀਦਾ ਹੁੰਦਾ, ਠੀਕ ਹੈ। ਅਤੇ ਮਤ ਇਸ ਤਰ੍ਹਾਂ ਦੀ ਹਰਕਤ ਕਰ, ਕਿਉਂਕਿ ਉਹਨਾਂ ਨੂੰ ਸਭ ਨੂੰ ਪਤਾ ਹੈ, ਔਰ ਬਹੁਤ ਬੜੇ ਆਲਮ ਗੁਜ਼ਰੇ, ਅਤਾਉਲਾ ਸ਼ਾਹ ਬੁਖਾਰੀ, ਜਿਨ੍ਹਾਂ ਦੀ ਕਬਰ ਜਿਹੜੀ ਹੈ ਉਹ ਮੁਲਤਾਨ 'ਚ। ਮੇਰੇ ਨਾਨਾ ਜੀ ਨੂੰ ਉਹਨਾਂ ਨਾਲ ਬੜੀ ਅਕੀਦਤ ਸੀ, ਬੇਇੰਤਹਾ ਅਕੀਦਤ ਸੀ। ਮੇਰੀ ਛੋਟੀ ਖਾਲਾ ਦਾ ਨਾਮ ਵੀ ਅਤਾਉਲਾ ਸ਼ਾਹ ਬੁਖਾਰੀ ਸਾਹਿਬ ਨੇ ਰੱਖਿਆ ਸੀ। ਅਤੇ ਤੂੰ ਸਾਨੂੰ ਗੱਲਾਂ ਕਰ ਰਹੀ ਹੈ, ਤੂੰ ਸਾਨੂੰ ਕਹਿੰਦੀ ਹੈ, ਅਗਰ ਉਹ ਕਰ ਰਹੀਆਂ ਨੇ ਸਟਰਗਲ, ਅਗਰ ਉਹ ਕਮਾ ਰਹੀਆਂ ਨੇ, ਅਤੇ ਮੇਰੀ ਗੱਲ ਸੁਣ, ਅੱਜ ਦੇ ਦੌਰ 'ਚ ਕੌਣ ਬੰਦਾ ਨਹੀਂ ਕਮਾ ਰਿਹਾ ਹੈ, ਇੰਨੀ ਮਹਿੰਗਾਈ ਹੈ। ਮੈਂ ਤੈਨੂੰ ਆਪਣੀ ਮਿਸਾਲ ਦੇ ਕੇ ਕਿਹਾ, ਮੇਰਾ ਨਾ ਬਾਪ, ਨਾ ਖਾਵਨ, ਨਾ ਬੇਟਾ, ਮੇਰਾ ਭਰਾ ਆਵੇ, ਅੱਲਾ ਉਹਦੀ ਜ਼ਿੰਦਗੀ ਕਰੇ, ਮਗਰ ਮੈਂ ਆਪਣੇ ਵਾਸਤੇ ਖੁਦ ਸਟਰਗਲ ਕਰ ਰਹੀ ਹਾਂ। ਮੈਂ ਕਿਉਂ ਕਿਸੇ ਦੇ ਅੱਗੇ ਇੰਨੇ ਹੱਥ ਕਰਾਂ। ਅੱਜ ਹੀ ਨਾ ਅਗਰ ਖੁਦ ਕਮਾ ਕੇ ਖਾ ਰਹੀ ਹੈ, ਉਹ ਕ੍ਰਾਈਸਿਸ 'ਚ ਆ ਗਈ ਹੈ, ਅਤੇ ਤੂੰ ਉਹਦੇ ਪਿੱਛੇ ਪੈ ਗਈ ਹੈ, ਤੇਰੇ 'ਚ ਇਨਸਾਨੀਅਤ ਨਹੀਂ। ਨਦਰ ਉਸ ਦਿਨ ਵੀ ਕਿਹਾ, ਮੈਂ ਵਾਰ ਵਾਰ ਨਹੀਂ ਇਹ ਗੱਲ ਕਰਨਾ ਚਾਹੁੰਦੀ, ਕਿਉਂਕਿ ਬੇਟੀਆਂ ਔਰ ਭੈਣਾਂ ਦੇ ਘਰ ਵਸੇ ਹੀ ਸੋਹਣੇ ਲੱਗਦੇ ਨੇ, ਬੇਟੀਆਂ ਭੈਣਾਂ ਆਪਣੇ ਸਿਰ ਦੇ ਸਾਈਆਂ ਨਾਲ ਵਿਚਾਉਂਦੀਆਂ ਲੱਗਦੀਆਂ ਨੇ। ਮੈਂ ਤੈਨੂੰ ਇਹ ਗੱਲ ਉਦੋਂ ਵੀ ਕੀਤੀ ਕਿ ਅੱਲਾ ਨਾ ਕਰੇ ਨਾ ਕਰੇ ਕੱਲ੍ਹ ਨੂੰ ਤੂੰ ਕਿਸੇ ਮੁਸ਼ਕਿਲ 'ਚ ਆ ਜਾਏ, ਉਹਦੇ ਹਾਲ ਤੂੰ ਵੀ ਮਜਬੂਰ ਹੋ ਜਾਏ, ਅਤੇ ਦੱਸ ਤੂੰ ਕੀ ਕਰੇਂਗੀ, ਕਿਹੜਾ ਕਿਹੜੇ ਪਾਸੇ ਜਾਏਂਗੀ, ਫਿਰ ਤੈਨੂੰ ਵੀ ਲੋਕ ਇਸੇ ਤਰ੍ਹਾਂ ਉਹ ਜ਼ਲੀਲ ਕਰਨਗੇ, ਫਿਰ ਤੂੰ ਚੰਗੀ ਰਹੇਗੀ। ਹੁਣ ਅੱਜ ਤੂੰ ਕਿਹਾ ਪਲਵਸ਼ਾ ਦਾ ਕਿ ਬਈ ਉਹਨੇ ਇਹ ਗੱਲ ਕੀਤੀ ਕਿ ਪਾਕਿਸਤਾਨੀ ਨਹੀਂ, ਇਹਦੇ 'ਚ ਕਿਹੜੀ ਐਸੀ ਗੱਲ ਵੇ, ਤੂੰ ਸਾਰੀਆਂ ਧੀਆਂ ਪਾਕਿਸਤਾਨੀਆਂ ਨੂੰ ਦੇਣੀਆਂ ਕੀਤੀਆਂ ਨੇ, ਹੈਂ, ਪਾਕਿਸਤਾਨੀਆਂ ਦੀ ਕਰਤੂਤਾਂ ਦਾ ਸਾਡੀਆਂ ਦਾ ਕਿਸੇ ਨੂੰ ਨਹੀਂ ਪਤਾ ਹੈਗਾ। ਮੈਂ ਵੀ ਮਾਂ ਦੀ ਇੱਕ ਧੀ ਸਾਂ, ਸਹਿਬੇ ਸੀਗਾ ਸਾਂ, ਸਹਿਬੇ ਜਾਇਦਾਦ ਸਾਂ, ਦੁਨੀਆ ਜਹਾਨ ਦੀਆਂ ਨਿਮਤਾਂ ਲੈ ਕੇ ਗਈ ਸਾਂ ਅਗਲੇ ਘਰ, ਅਤੇ ਕੀ ਹੋਇਆ ਮੇਰੇ ਨਾਲ, 17 ਸਾਲ ਮੈਂ ਜੰਗ ਲੜੀ, ਉਸ ਤੋਂ ਬਾਅਦ ਮੈਂ ਆਪਣੀ ਮਾਂ ਦੇ ਘਰ ਦੁਬਾਰਾ ਬਹਿ ਗਈ। ਉਹ ਅਗਰ ਇੱਥੋਂ ਵਿਆਹ ਕੇ ਗਈਆਂ ਨੇ ਬਾਹਰ, ਉਹਨਾਂ ਨੂੰ ਕਿੰਨੇ ਕਿੰਨੇ ਸਾਲ ਗੁਜ਼ਰ ਗਏ ਨੇ, ਤੈਨੂੰ ਤਾਂ ਗਈ ਗਈ ਜੁਮਾ ਜੁਮਾ 4 ਦਿਨ ਹੋਏ ਨੇ, ਅਤੇ ਤੂੰ ਸਭ ਬਣੀ ਹੋਈ ਹੈ
ਜਿਹੜਾ ਵੇ ਉਹ ਇੰਜ ਕਿ ਜਿਵੇਂ ਤੇਰੀ ਜੰਮ ਪਾ ਲਈ ਉੱਥੇ ਦੀ ਹੈ, ਤੂੰ ਕਿਧਰੇ ਬਰਗਰ ਵਿਖਾ ਰਹੀ ਹੈ, ਕਿਧਰੇ ਬ੍ਰੇਕਫਾਸਟ ਦਿਖਾ ਰਹੀ ਹੈ। ਫਿਰ ਇਹ ਚੀਜ਼ਾਂ ਵੇਖ ਕੇ ਵੀ ਲੋਕਾਂ ਦੇ ਦਿਲ ਖਰਾਬ ਹੁੰਦੇ ਨੇ। ਮੈਨੂੰ ਅੱਜ ਵੀ ਯਾਦ ਹੈ ਕਿ ਪਹਿਲੀ ਵਾਰੀ ਮੈਂ ਲੈਪਟੋਪ ਲਿਆ ਅਤੇ ਮੈਂ ਤਾਂ ਉਦੋਂ ਕੋਈ ਇਸ ਤਰ੍ਹਾਂ ਨਾ ਸੋਸ਼ਲ ਮੀਡੀਆ ਦਾ ਪਤਾ ਸੀ, ਨਾ ਕੋਈ ਪੋਲੀਟੀਕਲੀ ਬੰਦੀ ਸਾਂ ਮੈਂ, ਨਾ ਕੁਛ ਸੀ। ਮੈਂ ਘਰ ਕੋਈ ਚੀਜ਼ ਪਕਾਉਣੀ ਨਾ, ਉਹਦੀ ਤਸਵੀਰ ਖਿੱਚਣੀ ਅਤੇ ਆਪਣੇ ਉਹਦੇ 'ਤੇ ਫੇਸਬੁੱਕ 'ਤੇ ਲਗਾ ਦਿੱਤੀ। ਮੇਰੀ ਅੰਮੀ ਨੇ ਮੈਨੂੰ ਬੜੀ ਸਖਤੀ ਨਾਲ ਮਨਾ ਕੀਤਾ, ਲੱਗੇ ਮੇਰੀ ਮਾਂ ਨੂੰ ਇਹਨਾਂ ਚੀਜ਼ਾਂ ਦਾ ਕੀ ਪਤਾ ਹੁੰਦਾ, ਮਗਰ ਉਹ ਸਿਆਣੇ ਸਨ, ਸਮਝਦਾਰ ਸਨ, ਅੰਡਾ ਸਾ ਸਾ ਜਨਤਾ 'ਚ ਕਰ ਕਰੇ ਮੇਰੀ ਮਾਂ ਦਾ। ਅਤੇ ਅੰਮੀ ਨੇ ਮੈਨੂੰ ਕਿਹਾ ਨਾ ਲਾਇਆ ਤਾ। ਜੇ ਕੋਈ ਇੰਜਦਾ ਵੀ ਵੇਖਦਾ ਹੋਏਗਾ ਜਿਨ੍ਹਾਂ ਦੇ ਘਰ ਨਾ ਇਹ ਚੀਜ਼ਾਂ ਪੱਕੀਆਂ ਹੋਣਗੀਆਂ ਅਤੇ ਨਾ ਲਾਇਆ। ਮੇਰੀ ਉਦੋਂ ਤਾਂ ਬ੍ਰਾਂਡਾਂ ਦਾ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਕਿਹੜਾ ਕਿਹੜਾ ਬ੍ਰਾਂਡ ਅਤੇ ਕਿਹੜਾ ਕਿਹੜਾ ਕੀ। ਦੇਖੋ ਅਗਰ ਉਹ ਪ੍ਰਮੋਸ਼ਨ ਕਰ ਦਈਏ ਤਾਂ ਉਹਦੀ ਮਿਹਨਤ ਹੈ ਨਾ, ਉਹਦੀ ਵਜ੍ਹਾ ਤੋਂ ਕਿੰਨੇ ਲੋਕਾਂ ਦਾ ਫਾਇਦਾ ਹੁੰਦਾ। ਮਾਰੀਆ ਬੀ ਦਾ ਕਿੰਨਾ ਕੱਪੜਾ ਸੇਲ ਆਊਟ ਹੋਇਆ ਉਹਦੀ ਵਜ੍ਹਾ ਤੋਂ। ਜਿਹੜੇ ਲੋਕ ਅਫੋਰਡ ਕਰਦੇ ਨੇ ਉਹੀ ਲੈਂਦੇ ਨੇ ਨਾ। ਤੂੰ ਸਾਰੇ ਬ੍ਰਾਂਡ ਬੰਦ ਕਰਾ ਸਕਦੀ ਹੈ ਜਿਹੜੇ ਜਿਹੜੀ ਕੰਟਰੀ 'ਚ ਤੂੰ ਬੈਠੀ ਹੋਈ ਹੈ, ਉਸ ਕੰਟਰੀ ਦੇ ਬ੍ਰਾਂਡ 'ਤੇ ਮੈਨੂੰ ਬੰਦ ਕਰਵਾ ਕੇ ਦਿਖਾ। ਮਾਰੀਆ ਬੀ ਵਰਗੀ ਨਾਲ ਬਹਿ ਕੇ ਪੰਗਾ ਲੈ ਲੈ। ਔਰ ਫਿਰ ਤੂੰ ਕਹਿੰਦੀ ਹੈ ਕਿ ਫਾਖਰਾ ਮਲਕ ਸੇ ਰਾਜਦਾ ਮਲਕ ਸੇ ਕੁਛ ਸੀ ਕਿ ਪਤਾ ਨਹੀਂ ਰਾਜਦਾ ਮਲਕ ਕਿਹਾ ਸੀ ਕਿ ਫਾਖਰਾ ਮਲਕ ਕਿਹਾ ਸੀ। ਅੱਛਾ ਇਹੋ ਜਿਹੀ ਗੱਲਾਂ ਅਤੇ ਉਹਨਾਂ ਦੀਆਂ ਮਿਸਾਲਾਂ, ਕਿਸੇ ਕੋਲੋਂ ਸਿੱਖਣ ਦੀ ਜ਼ਰੂਰਤ ਨਹੀਂ। ਸਾਨੂੰ ਸਭ ਪਤਾ ਹੈ, ਲੋਕਾਂ ਨੂੰ ਬੇਗੈਰਤ ਕਹਿਣਾ, ਲੋਕਾਂ ਨੂੰ ਘਟੀਆ ਕਹਿਣਾ, ਇਹ ਤੇਰੀ ਜ਼ੁਬਾਨ ਹੈਗੀ। ਮੈਨੂੰ ਨਹੀਂ ਲੱਗਦਾ ਕਿ ਤੇਰਾ ਹਸਬੈਂਡ ਜਿਹੜਾ ਉਹਨੂੰ ਤੇਰੇ ਚੈਨਲ ਦਾ ਪਤਾ, ਜਾਂ ਉਹ ਤੇਰਾ ਚੈਨਲ ਦੇਖਦਾ ਹੋਵੇ। ਅਗਰ ਉਹ ਦੇਖਦਾ ਤਾਂ ਮੈਂ ਉਸ ਬੱਚੇ ਨੂੰ ਜਾਂ ਉਸ ਭਰਾ ਨੂੰ ਇਹ ਜ਼ਰੂਰ ਪੁੱਛਾਂਗੀ ਕਿ ਇਹਦਾ ਮਤਲਬ ਹੈ ਕਿ ਤੇਰੀ ਘਰ ਦੇ ਵਿੱਚ ਕਦਰ ਜੁੱਤੀ ਦੇ ਬਰਾਬਰ। ਅਸੀਂ ਤਾਂ ਇੰਝ ਨਹੀਂ ਬੋਲ ਸਕਦੇ ਬਈ ਸਾਡੇ ਤਾਂ ਘਰ ਦੇ ਮਰਦ ਸਾਨੂੰ ਜਿਹੜਾ ਵੇ ਉਹ ਘਰੋਂ ਕੱਢ ਦੇਣ, ਬਾਹਰ ਕਿ ਨਿਕਲੋ ਬਾਹਰ, ਤੁਸੀਂ ਕਿਹੜੀ ਜ਼ਬਾਨ ਇਸਤੇਮਾਲ ਕਰ ਰਹੀ ਹੋ ਲੋਕਾਂ ਨਾਲ? ਤੁਸੀਂ ਚਾਹੁੰਦੀਆਂ ਹੋ ਕਿ ਅਸੀਂ ਲੋਕਾਂ ਦੇ ਗਿਰੇਬਾਨ ਪਕੜੀਏ ਜਾ ਕੇ, ਅਸੀਂ ਲੋਕਾਂ ਦੇ ਹੱਥੇ ਪਾਈ ਹੋਈਏ ਜਾ ਕੇ? ਔਰ ਜੋ ਹਰਕਤ ਤੂੰ ਕਰ ਰਹੀ ਹੈ, ਪਲਵਸ਼ਾ ਦੀ ਬੇਟੀ ਕੋ ਖੁਦਾ ਦਾ ਖੌਫ ਕਰ, ਉਹਦੀ ਧੀ ਦਾ ਨਵਾਂ ਨਵਾਂ ਵਿਆਹ ਹੋਇਆ ਵੇ, ਕਿਉਂ ਕਿਸੇ ਦਾ ਘਰ ਤਬਾਹ ਕਰਨ 'ਤੇ ਲੱਗੀਆਂ ਹੋ? ਹੈ ਉਧਰੋਂ ਤੁਸੀਂ ਹੀਨਾ ਦੀ ਧੀ ਦੇ ਪਿੱਛੇ ਚੜ ਜਾਂਦੀਆਂ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਹੈ ਹੀਨਾ ਦੀ ਮਾਸੂਮ ਦੀ ਬੱਚੀ ਹੈ, ਉਹਦੇ ਜ਼ਿਹਨ 'ਤੇ ਕੀ ਅਸਰ ਪਿਆ ਕਿ ਮੈਂ ਆਪਣੀ ਮਾਂ ਨਾਲ ਉਹਦੀ ਹੈਲਪ ਕਰ ਰਹੀ ਸਾਂ, ਔਰ ਜਿਹੜਾ ਵੇ ਮੇਰੇ ਨਾਲ ਇਹ ਕੀ ਕੀਤਾ ਲੋਕਾਂ ਨੇ? ਅਗਰ ਇਸ ਦਾ ਨਾਂ ਰਿਐਕਸ਼ਨ ਜਿਹੜਾ ਵਲੌਗ ਹੈ ਨਾ, ਤੇ ਲਾਨਤ ਇਹੋ ਜਿਹੇ ਵਲੌਗ ਜਿਹੜਾ ਕਿਸੇ ਦਾ ਘਰ ਖਰਾਬ ਕਰਦੇ। ਤੂੰ ਮੇਰੇ ਤੇ ਇੱਕ ਛੱਡ ਸਾਰੀ ਰਿਐਕਸ਼ਨ ਵਾਲੀਆਂ ਨੂੰ ਲਾ ਕੇ ਨਾ, ਤੇ ਤੂੰ ਵਲੌਗ ਬਣਾ ਲੈ, ਮੈਨੂੰ ਨਹੀਂ ਫਰਕ ਪੈਂਦਾ, ਕਿਉਂਕਿ ਮੇਰਾ ਰੱਬ ਮੇਰੇ ਨਾਲ ਹੈ, ਮੈਂ ਹੱਕ 'ਤੇ ਬੋਲ ਰਹੀ ਹਾਂ, ਸੱਚ 'ਤੇ ਬੋਲ ਰਹੀ ਹਾਂ, ਰਾਈਟ 'ਤੇ ਬੋਲ ਰਹੀ ਹਾਂ। ਜਿੰਨੇ ਲੋਕ ਤੈਨੂੰ ਗਾਲਾਂ ਕੱਢਦੇ ਨੇ, ਤੂੰ ਕਹਿੰਦੀ ਹੈ ਜੀ ਮੈਨੂੰ ਲੋਕਾਂ ਨੇ ਗਾਲਾਂ ਕੱਢੇ, ਅਤੇ ਹਾਂ ਤਾਂ ਇਸ ਤਰ੍ਹਾਂ ਹੁੰਦਾ ਹੈ ਨਾ? ਫਿਰ ਤੁਹਾਡੇ ਤੁਹਾਡਾ ਕੋਈ ਮਨਪਸੰਦ ਹੋਏ, ਤੁਹਾਡਾ ਕੋਈ ਫੇਵਰੇਟ ਹੋਏ, ਔਰ ਤੁਸੀਂ ਉਹਦੇ ਖਿਲਾਫ ਗੱਲ ਕਰੋ, ਅਤੇ ਲੋਕ ਬਰਦਾਸ਼ਤ ਨਹੀਂ ਕਰਦੇ ਨਾ। ਬੜੇ ਬੜੇ ਪੋਲੀਟੀਸ਼ੀਅਨਸ ਦੇਖ ਲਵੋ, ਉਹਨਾਂ ਦੇ ਖਿਲਾਫ ਗੱਲ ਕਰੋਗੇ, ਸਭ ਦੀ ਆਪਣੀ ਆਪਣੀ ਰਾਏ, ਕਿਸੇ ਨੂੰ ਪੀ ਪੀ ਪਸੰਦ ਹੈ, ਨੂਨ ਪਸੰਦ ਹੈ, ਕਿਸੇ ਨੂੰ ਪੀ ਟੀ ਆਈ ਪਸੰਦ ਹੈ, ਕਾਫ ਪਸੰਦ ਹੈ, ਤੁਸੀਂ ਜੋ ਕਿਸੇ ਦੇ ਲੀਡਰ ਬਾਰੇ ਗੱਲ ਕਰੋਗੇ ਕੋਈ ਵੀ ਨਹੀਂ ਸੁਣਦਾ। ਇਸ ਤਰ੍ਹਾਂ ਜਦੋਂ ਤੂੰ ਗੱਲ ਕਰਨੀ ਹੈ ਉਹਨਾਂ 'ਤੇ, ਫਿਰ ਤੈਨੂੰ ਲੋਕ ਬੁਰਾ ਭਲਾ ਕਹਿੰਦੇ ਨੇ। ਫਿਰ ਅਗਰ ਤੇਰੇ 'ਚ ਅਕਲ ਹੋਵੇ, ਹਿਜਾ ਹੋਵੇ, ਮਤ ਹੋਵੇ, ਤੈਨੂੰ ਘਰ ਦੇ ਮਰਦਾਂ ਦਾ ਡਰ ਹੋਵੇ,
ਅਤੇ ਮੈਂ ਕਹਿੰਦੀ ਹਾਂ ਕਿ ਤੂੰ ਤਾਂ ਇਹੋ ਜਿਹੀ ਲੈਂਗੁਏਜ ਕਦੀ ਇਸਤੇਮਾਲ ਹੀ ਨਾ ਕਰੇ। ਅਸੀਂ ਕਿਉਂ ਆ ਕੇ ਬੋਲਦੇ ਹਾਂ? ਕਿਉਂਕਿ ਸਾਡੇ ਘਰਾਂ ਦਾ ਰਿਵਾਜ਼ ਨਹੀਂ ਹੈ, ਸਾਡੇ ਮਰਦ ਸਖਤ ਹੈਗੇ। ਉਹ ਇਹ ਬਕਵਾਸ ਯਾਦ ਨਹੀਂ ਬਰਦਾਸ਼ਤ ਕਰਦੇ ਕਿ ਕੋਈ ਤੁਹਾਡੇ 'ਤੇ ਉਂਗਲੀ ਚੁੱਕੇ। ਅਸੀਂ ਕੋਈ ਡਰਾਮਾ ਆਰਟਿਸਟ ਨਹੀਂ ਹਾਂ, ਕੋਈ ਫਿਲਮ ਐਕਟ੍ਰੈਸ ਨਹੀਂ ਹੈਗੀ ਹਾਂ ਕਿ ਜਿਹੜੀਆਂ ਆ ਕੇ ਡਰਾਮਾ ਕਰ ਰਹੀਆਂ ਵਾਂ, ਲੋਕ ਆ ਕੇ ਸਾਡੇ 'ਤੇ ਗੱਲਾਂ ਕਰਨ, ਅਸੀਂ ਖਾਮੋਸ਼ ਤਮਾਸ਼ਾਈ ਬਣ ਕੇ ਅਸੀਂ ਉਹਨਾਂ ਨੂੰ ਸੁਣਦੇ ਰਹੀਏ। ਨਹੀਂ, ਅੱਜ ਨਹੀਂ ਹੋ ਸਕਦਾ। ਮੈਂ ਯਕੀਨ ਕਰ, ਤੂੰ ਕਹਿੰਦੀ ਹੈ ਨਾ ਕਿ ਮੇਰੀ ਵਜ੍ਹਾ ਸੀ ਕਿ ਹੋ ਗਿਆ, ਉਹ ਤਾਂ ਗੋਲ ਗੱਪੇ ਖਾਤੀ ਹੈ, ਤੂੰ ਤਾਂ ਲੋਕਾਂ ਦੀ ਖਾਣਿਆਂ 'ਤੇ ਨਜ਼ਰ ਰੱਖਣੀ ਹੈ। ਮੈਂ ਤੇਰਾ ਰਾਤੀ ਉਹ ਵਲੌਗ ਸੁਣਿਆ, ਮੈਂ ਸਾਰੀ ਰਾਤ ਡਿਸਟਰਬ ਰਹੀ ਕਿਉਂਕਿ ਮੈਂ ਸਟ੍ਰੈਸ ਅਤੇ ਡਿਪਰੈਸ਼ਨ ਦੇ ਮਰੀਜ਼ ਹਾਂ, ਔਰ ਲੋਕਾਂ ਨੇ ਬਣਾ ਛੱਡਿਆ। ਅਤੇ ਮੈਂ ਸਾਰੀ ਰਾਤ ਸੋਚਦੀ ਰਹੀ, ਮੇਰੇ ਅੱਜ ਸਿਰ 'ਚ ਇੰਨੀ ਕੁ ਦਰਦ ਹੈ, ਇੰਨੀ ਕੁ ਦਰਦ ਹੈ ਕਿ ਮੈਂ ਦੋ ਗੋਲੀਆਂ 500 mg ਦੀਆਂ ਪੈਰਾਸੀਟਾਮੋਲ ਦੀ, ਇੱਕ ਗੋਲੀ ਹੈ 500 mg ਦੀ, ਮੈਂ ਦੋ ਖਾ ਚੁੱਕੀ, ਮੇਰੇ ਸਰੀਰ ਨੂੰ ਫਰਕ ਨਹੀਂ ਪੈ ਰਿਹਾ। ਤੇਰੀ ਇੱਕ ਦੂਜੀ ਵੀਡੀਓ ਮੈਂ ਵੇਖ ਲਈ ਜਿਹ 'ਚ ਤੂੰ ਬੋਲੀ ਹੋਈ ਹੈ, ਹੈ ਕਿ ਪਾਕਿਸਤਾਨੀ ਨਹੀਂ, ਪਾਕਿਸਤਾਨੀ ਨਹੀਂ ਤਾਂ ਮੁਸਲਮਾਨ ਤਾਂ ਹੈ ਨਾ, ਪਾਕਿਸਤਾਨੀਆਂ ਦਾ ਟੇਕਾ ਤਾਂ ਨਹੀਂ ਚੁੱਕਿਆ ਹੋਇਆ, ਧੀਆਂ ਨੂੰ ਦੇਣੀਆਂ ਨੇ। ਨਾਲੇ ਇਹ ਮੁਕਾਬਲਾ ਤੂੰ ਅੱਲਾ ਨਾਲ ਲੜ ਜਾ ਕੇ ਲਾ, ਜਿੱਥੇ ਅੱਲਾ ਨੇ ਉਹਦੀ ਬੇਟੀ ਦਾ ਨਸੀਬ ਲਿਖਿਆ ਸੀ ਉੱਥੇ ਹੀ ਹੋਇਆ। ਪਾਕਿਸਤਾਨੀ ਮਰਦੋਂ ਕੋਈਏ, ਤੂੰ ਤਾਂ ਆਪਣੇ ਮੂੰਹ ਨਾਲ ਮਰਦਾਂ ਕਹਿੰਦੀ ਘਟੀਆ ਅਤੇ ਬੇਗੈਰਤ, ਤੂੰ ਕਿਸ ਹਿਸਾਬ ਨਾਲ ਕਹਿ ਰਹੀ ਕਿ ਪਾਕਿਸਤਾਨੀ ਮਰਦ ਜਿਹੜੇ ਨੇ ਉਹਨਾਂ ਦੀ ਇਨਸਲਟ ਹੋ ਗਈ? ਕੋਈ ਕਿਸੇ ਦੀ ਇਨਸਲਟ ਨਹੀਂ ਹੋਈ, ਮੇਰੇ ਰੱਬ ਨੇ ਜਿੱਥੇ ਜਿਹਦਾ ਨਸੀਬ ਲਿਖਿਆ ਨਾ, ਇਹ ਤਾਂ ਅੱਲਾ ਦੇ ਫੈਸਲੇ ਨੇ, ਇਹ ਜਿਹੜੇ ਰਿਸ਼ਤਿਆਂ ਦੇ ਫੈਸਲੇ ਨੇ ਇਹ ਅੱਲਾ ਦੇ ਨੇ, ਅੱਲਾ ਦੀ ਮਰਜ਼ੀ ਤੋਂ ਬਗੈਰ ਕੁਛ ਵੀ ਨਹੀਂ ਹੋ ਸਕਦਾ। ਅਗਰ ਹੋ ਸਕਦਾ ਹੈ ਤਾਂ ਗੱਲ ਕਰ, ਦੱਸ ਮੈਨੂੰ, ਇਹਦਾ ਮਤਲਬ ਹੈ ਤੇਰਾ ਰਿਸ਼ਤਾ ਫਿਰ ਤੇਰੀ ਮਰਜ਼ੀ ਨਾਲ ਹੋਇਆ ਹੋਣਾ ਨਾ, ਅੱਲਾ ਦੀ ਮਰਜ਼ੀ ਨਾਲ ਨਹੀਂ ਹੋਇਆ। ਔਰ ਜਿੱਥੇ ਤੂੰ ਆਇਰਲੈਂਡ ਰਹਿੰਦੀ ਹੈ, ਠੀਕ ਹੈ, ਇੱਥੇ ਮੇਰੇ ਬੜੇ ਅਜ਼ੀਜ਼ ਰਿਸ਼ਤੇਦਾਰ ਨੇ, ਮੇਰੇ ਬੜੇ ਪਿਆਰੇ ਭਾਈ ਨੇ, ਉਹ ਮੀਡੀਆ ਨਾਲ ਉਹਨਾਂ ਦਾ ਜਿਹੜਾ ਵੀ ਉਹ ਕਨੈਕਸ਼ਨ ਹੈ, ਔਰ ਮੈਂ ਅਗਰ ਗੱਲ ਕਰਨਾ ਚਾਹਾਂ ਤਾਂ ਮੈਂ ਕਰ ਸਕਦੀ ਹਾਂ, ਮਗਰ ਮੈਂ ਨਹੀਂ ਕੀਤੀ। ਜੇ ਉਹ ਮੇਰੀਆਂ ਭੈਣਾਂ ਨੇ ਤਾਂ ਤੂੰ ਵੀ ਭੈਣ ਹੈ, ਮਗਰ ਤੈਨੂੰ ਮੈਂ ਇਹੋ ਕਹਾਂਗੀ ਕਿ ਅੱਲਾ ਤੈਨੂੰ ਨੇਕਾ ਦਾਇਰ ਦੇਵੇ, ਕਿਸੇ ਨੂੰ ਰਵਾਈ ਦਾ ਨਹੀਂ ਹੁੰਦਾ, ਕਿਸੇ ਦੀ ਰੋਜ਼ੀ 'ਤੇ ਲੱਤ ਨਹੀਂ ਮਾਰੀ ਦੀ ਹੋਵੇ। ਅਗਰ ਤੈਨੂੰ ਚਸਕਾ ਪੈ ਗਿਆ ਨਾ ਕਿ ਮੇਰੇ ਡੋਲਰ ਆ ਰਹੇ ਨੇ, ਲੈ ਤੂੰ ਡੋਲਰ ਲੈ ਲੈ, ਉਹਨਾਂ ਨੂੰ ਕੋਈ ਨਹੀਂ ਲੋੜ, ਮੇਰੀ ਚਾਹ ਵੀ ਠੰਡੀ ਕਰਾਤੀ ਇਸ ਭੌਂਕੜ ਵਾਦੀ 'ਚ। ਹਮੇਸ਼ਾ ਕਹਿੰਦੇ ਨੇ ਰਿਸ਼ਤਾ ਵੇਖਣ ਜਾਓ ਨਾ, ਕੁੜੀ ਦੀ ਮਾਂ ਵੇਖੋ, ਉਹਦੀ ਨਾਨੀ ਵੇਖੋ, ਉਹਨਾਂ ਦੇ ਘਰ ਦੀ ਦਹਿਲੀਜ਼ ਦੇਖੋ, ਉਹਨਾਂ ਦਾ ਕਿਚਨ ਵੇਖੋ ਅਤੇ ਉਹਨਾਂ ਦਾ ਵਾਸ਼ਰੂਮ ਵੇਖੋ, ਅਤੇ ਜਿੱਥੇ ਸਭ ਚੀਜ਼ਾਂ ਕਲੀਅਰ ਹੋਣ ਨਾ, ਉਸ ਘਰ ਦੀ ਧੀ ਬਿਸਮਿਲਾ ਪੜ੍ਹ ਕੇ ਆਪਣੇ ਘਰ ਲੈ ਆਓ। ਜਿਹੜਾ ਐਡਲੀਟ ਸ਼ਲੀਟ ਕਰਨ ਵਾਲਾ ਕਰਤੂਤ ਹੈ ਨਾ, ਔਰ ਹਾਂ ਤੂੰ, ਮੈਂ ਅੱਜ ਤੈਨੂੰ ਹੁਣ ਮੈਂ ਕਹਿ ਰਹੀ ਹਾਂ, ਅਗਰ ਤੂੰ ਉਮਤ ਹੈ ਨਾ ਮੇਰੇ ਨਬੀ ਦੀ, ਤੂੰ ਮੁਸਲਮਾਨ ਦੀ ਬੱਚੀ ਹੈ, ਤਾਂ ਲੈ ਫਿਰ ਤੈਨੂੰ ਵਾਸਤਾ ਹੀ ਨਬੀ ਪਾਕ ਦਾ, ਮੈਨੂੰ ਪਰੂਫ ਦੇ ਸਾਰੇ ਕਿ ਹਿਨਾ ਦੀ ਆਈ ਡੀ ਤੋਂ ਤੈਨੂੰ ਗਾਲਾਂ ਪੈ ਰਹੀਆਂ ਨੇ, ਤੈਨੂੰ ਪਲਵਸ਼ਾ ਦੀ ਆਈ ਡੀ ਤੋਂ ਗਾਲਾਂ ਪੈ ਰਹੀਆਂ ਨੇ, ਤੈਨੂੰ ਹਿਨਾ ਪਲਵਸ਼ਾ ਸਾਡੀ ਕਿਸੇ ਭੈਣ ਦੀ ਆਈ ਡੀ ਤੋਂ ਤੈਨੂੰ ਗਾਲਾਂ ਪੈ ਰਹੀਆਂ ਨੇ, ਸਾਡੇ ਨਾਮ ਦੀ ਆਈ ਡੀ ਤੋਂ। ਅਤੇ ਮੈਂ ਕਹਿੰਦੀ ਹਾਂ ਸਾਰੀ ਜ਼ਿੰਦਗੀ ਵਾਸਤੇ ਚੈਨਲ ਬਣਾਓ, ਅਸੀਂ ਛੱਡ ਦਾਂਗੇ, ਨਹੀਂ ਆਵਾਂਗੇ।
ਕਦੇ ਹੀ ਨਹੀਂ ਆਵਾਂਗੇ, ਪੂਰੀ ਦੁਨੀਆ ਦੇ ਸਾਹਮਣੇ ਮਾਫ਼ੀ ਮੰਗਾਂਗੇ, ਪਰ ਤੇਰੇ ਤਰ੍ਹਾਂ ਦੀ ਮਾਫ਼ੀ ਨਹੀਂ ਮੰਗਾਂਗੇ। ਉਦੋਂ 36 ਕਰੋੜ ਵਾਲੀ ਪਰਮੇਸ਼ਰ ਕੋਲ ਮਾਫ਼ੀਆਂ ਮੰਗੀਆਂ, ਉਸ ਤੋਂ ਬਾਅਦ ਤੋਂ ਫਿਰ, ਕਿਉਂਕਿ ਤੇਰੇ ਕੋਲ ਕੰਟੈਂਟ ਨਹੀਂ ਹੁੰਦਾ। ਬਸ ਕਰਦੇ ਬਸ ਕਰਦੇ, ਅਗਰ ਮੇਰੀ ਇੱਜ਼ਤ ਤੂੰ ਕਰਨੀ ਹੈ, ਠੀਕ ਹੈ, ਉਹ ਮੇਰੀਆਂ ਭੈਣਾਂ ਨੇ, ਉਹਨਾਂ ਦੀ ਇੱਜ਼ਤ ਨਾ ਕਰੇ, ਉਹਨਾਂ ਦੇ ਘਰ 'ਚ ਤੇਰੀ ਵਜ੍ਹਾ ਤੋਂ ਪ੍ਰੋਬਲਮ ਕ੍ਰੀਏਟ ਹੋ ਜਾਏ, ਤਾਂ ਫਿਰ ਦੱਸ ਤੂੰ ਮੇਰੀ ਹਮਦਰਦੀ ਕਿੱਥੋਂ? ਤੈਨੂੰ ਮੈਂ ਹੁਣ ਨਬੀ ਪਾਕ ਦਾ ਵਾਸਤਾ ਦਿੱਤਾ ਹੈ ਕਿ ਤੂੰ ਮੈਨੂੰ ਹੁਣ ਪਰੂਫ ਦੇ। ਇਹ ਰੋਜ਼ ਮੈਂ ਸੁਣਾਇਆ ਕਰ ਕਿ ਮੈਂ ਉਹ ਸਾਹਮਣੇ ਲਾਊਂਗੀ, ਮੈਂ ਉਹ ਸਾਹਮਣੇ ਲਾਊਂਗੀ, ਤੂੰ ਭੈਣ ਲੈ ਕੇ ਤਾਂ ਆ ਸਾਹਮਣੇ। ਤੂੰ ਅਗਰ ਪਰਮੇਸ਼ਰ ਦੇ ਬੱਚਿਆਂ ਦਾ ਨਾਮ ਲੈਣੀ ਹੈ ਕਿ ਉਹ ਮੈਨੂੰ ਆਪਣੀ ਆਈ ਡੀ ਤੋਂ ਗਾਲਾਂ ਕਢਵਾਉਂਦੇ ਨੇ ਜਾਂ ਕੁਛ ਕਰਦੇ ਨੇ, ਠੀਕ ਹੈ, ਆਈ ਪੀ ਦੇ ਐਡਰੈਸ ਜਿਹੜਾ ਦੇਣਾ, ਤੂੰ ਉੱਥੋਂ ਜਾ, ਤੂੰ ਸਾਰਾ ਕੁਛ ਕਰ, ਉਸ ਤੋਂ ਬਾਅਦ ਤੂੰ ਆ, ਤੂੰ ਕਹਿ ਫਰਾਵਰ ਜੀ ਕਹਿ ਦੇ ਕਪੂਰ, ਮੈਂ ਤੇਰੇ ਨਾਲ ਖੜੀ ਹੋ ਕੇ ਨਾ ਉਹਨਾਂ ਦੇ ਖਿਲਾਫ਼ ਬੋਲਾਂ, ਅਤੇ ਮੈਨੂੰ ਤਾਂ ਕਹੀਂ ਤੂੰ ਆਪਣੇ ਨਬੀ ਦੀ ਉਮਤ ਹੀ ਨਹੀਂ ਹੈਗੀ। ਮਗਰ ਇਸ ਤਰ੍ਹਾਂ ਕਿਸੇ ਨੂੰ ਨਹੀਂ ਜ਼ਹਿਨੀ ਟੋਰਚਰ ਕਰੀਦਾ। ਉਹ ਵਿਚਾਰੀ ਬਹੁਤ ਪਰੇਸ਼ਾਨ ਹੈ, ਉਹਦੇ ਖਾਵਤ ਦੇ ਦੋਨੋਂ ਕਿਡਨੀ ਸਫੇਦ ਨੇ, ਉਹਦੇ ਨਾਲ ਹੋਰ ਕੀ ਪ੍ਰੋਬਲਮ ਚੱਲ ਰਹੀਆਂ ਨੇ, ਇਹ ਤਾਂ ਉਹ ਹੀ ਜਾਣਦੀ ਹੈ। ਇਸੇ ਖਾਵਨ ਦੀ ਟੈਨਸ਼ਨ ਤੋਂ, ਆਪਣੇ ਘਰ ਦੀ ਟੈਨਸ਼ਨ ਤੋਂ, ਔਰ ਡਾਇਬੈਟਿਕ ਪੇਸ਼ੈਂਟ ਤੋਂ ਵੀ ਮੈਂ ਹੈ ਵਾਂ। ਮੇਰੇ ਕੋਲ ਤਾਂ ਇੱਕ ਹੈ ਯੂਟਿਊਬ ਚੈਨਲ ਹੀ ਨਾ, ਮੈਂ ਅੱਧੀ ਰਾਤੀ ਕਿਸੇ ਨੇ ਇੰਨਾ ਦਿਲ ਫਟ ਰਿਹਾ ਹੁੰਦਾ ਮੇਰਾ, ਮੈਂ ਰੋ ਰਹੀ ਹੁੰਦੀ ਹਾਂ ਪਾਗਲਾਂ ਤਰ੍ਹਾਂ, ਮੇਰਾ ਦਿਲ ਵੀ ਕਰਦਾ ਕਿ ਮੈਂ ਔਨ ਕਰਾਂ, ਵੀਡੀਓ ਬਣਾਵਾਂ, ਉੱਥੇ ਗੱਲਾਂ ਕਰਾਂ, ਤੁਹਾਡੇ ਸਾਹਮਣੇ ਸ਼ੇਅਰ ਕਰਾਂ। ਕਿਸ ਵਾਸਤੇ ਸ਼ੇਅਰ ਕਰੀਦਾ? ਜਦੋਂ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਸਾਡੀ ਯੂਟਿਊਬ ਫੈਮਿਲੀ ਹੋ, ਅਤੇ ਫਿਰ ਆਪਣੀ ਫੈਮਿਲੀ ਨਾਲ ਜਿੱਥੇ ਦੁੱਖ ਸ਼ੇਅਰ ਕਰੀਦੇ ਹੋ, ਉੱਥੇ ਖੁਸ਼ੀਆਂ ਵੀ ਕਰੀਦੀਆਂ। ਹੁਣ ਪੀੜ ਜਿਹੜੀ ਪਈ ਹੋਈ ਹੈ ਨਾ, ਉਹ ਇਹ ਵੇਖ ਕੇ ਪਲਵਸ਼ਾ ਨੇ ਦੁਲਹਨ ਬਣੀ ਬੇਟੀ ਕਿਉਂ ਨਹੀਂ ਦਿਖਾਈ, ਪਲਵਸ਼ਾ ਨੇ ਆਪਣਾ ਦਿਮਾਗ ਕਿਉਂ ਨਹੀਂ ਦਿਖਾਇਆ, ਠੀਕ ਹੈ, ਹੁਣ ਪੀੜ ਇਹ ਵੇ। ਔਰ ਮੈਂ ਖੁਦ ਕਹਾਂਗੀ ਕਿ ਨਾ ਦੀ ਬਿਲਕੁਲ ਨਾ ਵਿਖਾਈ, ਨਾ ਬੇਟੀ ਦੀ ਤਸਵੀਰ ਅਤੇ ਨਾ ਬੇਟੇ ਦੀ ਤਸਵੀਰ। ਇਹ ਦੁਨੀਆ, ਇਹ ਲੋਕ ਇਸ ਕਾਬਲ ਹੀ ਨਹੀਂ ਗਏ। ਜ਼ੈਨਬ ਹੱਸਦੇ ਵਿਚਾਰੀ, ਉਹ ਕੀ ਕਹਿੰਦੇ ਨੇ, ਮਾਸਕ ਲਗਾ ਕੇ ਮੂੰਹ 'ਤੇ ਆਉਂਦੀ ਰਹੀ ਹੈ, ਅਤੇ ਤੁਸੀਂ ਲੋਕਾਂ ਨੇ ਉਹਦਾ ਜੀਣਾ ਹੈਰਾਨ ਕਰ ਛੱਡਿਆ। ਬੇਟੀਆਂ ਵਾਲੇ ਲੋਕ ਇਸ ਤਰ੍ਹਾਂ ਨਹੀਂ ਕਰਦੇ, ਮੈਂ ਖੁਦ ਬੇਟੀ ਹਾਂ ਨਾ, ਮਗਰ ਮੈਂ ਸਮਝਦੀ ਹਾਂ ਕਿ ਮੇਰੇ ਭਰਾ ਦੀਆਂ ਧੀਆਂ ਮੇਰੀਆਂ ਧੀਆਂ। ਅੱਜ ਮੈਂ ਕਿਸੇ ਦੀ ਧੀ 'ਤੇ ਗੱਲ ਕਰਾਂਗੀ, ਅਤੇ ਕੱਲ੍ਹ ਨੂੰ ਮੇਰੀ ਧੀਆਂ 'ਤੇ ਕੋਈ ਗੱਲ ਨਾ ਕਰਾਂ। ਸ਼ੁਕਰ ਹੈ ਅੱਲਾਹ ਦਾ, ਮੇਰੀ ਮਾਂ ਨੇ ਐਡੀ ਗੰਦੀ ਤਰਬੀਅਤ ਨਹੀਂ ਕੀਤੀ। ਮੇਰੀ ਮਾਂ ਬੜੀ ਅੱਛੀ ਔਰਤ ਸੀ, ਅੱਲਾਹ ਪਾਕ ਜੰਤਾਂ 'ਚ ਕਾਰ ਕਰੇ ਮੇਰੀ ਮਾਂ, ਅੱਲਾਹ ਰੋਜ਼ ਕਿਆਮਤ ਮੈਨੂੰ ਮੇਰੀ ਮਾਂ ਦੇ ਪੈਰਾਂ ਦੇ ਵਿੱਚ ਉਠਾਵੇ, ਅਤੇ ਅੱਲਾਹ ਤੈਨੂੰ ਨੇਕ ਹਦਾਇਤ ਦੇਵੇ, ਅਤੇ ਤੇਰੇ ਨਾਲ ਦੀਆਂ ਜਿਹੜੀਆਂ ਨੇ ਨਾ, ਉਹ ਕੀ ਕਹਿੰਦੇ ਨੇ, ਆ ਜਿਹੜੀਆਂ ਕੜਛੀਆਂ ਕੋਲ ਕਿਰਲੀਆਂ ਰੱਖੀਆਂ ਹੋਈਆਂ ਨੇ ਆਸੇ ਪਾਸੇ, ਹੈ ਕੁਰਾਨ ਨਹੀਂ ਤਾਂ ਪੜ੍ਹ ਕਿ ਲੋਕਾਂ ਦੇ ਘਰਾਂ 'ਚ ਝਾਂਕਣਾ, ਲੋਕਾਂ ਦੀ ਟੋਹ ਲੈਣੀ, ਉਹਦੇ 'ਚ ਕਿਹੜਾ ਅਜ਼ਾਬ ਹੈਗਾ? ਚੱਲ ਇੰਨੀ ਹੀ ਬਥੇਰੀ ਤੇਰੇ ਵਾਸਤੇ, ਮੈਨੂੰ ਦੁਬਾਰਾ ਨਾ ਹੁਣ ਕਈ ਫਰਾਂ ਬਾਜੀ, ਮੇਰੀ ਇੰਦੀ ਭੈਣ ਹੁੰਦੀ ਨਾ, ਅਤੇ ਅੱਲਾਹ ਪਾਕ ਦੀ ਕਿਸਮ ਹੈ ਸਾਰੀ ਜ਼ਿੰਦਗੀ ਵਾਸਤੇ ਉਹਦਾ ਨਾਲ ਰਾਸਤਾ ਛੋੜ ਦਿਓ। 4% ਦੀ ਖਾਤਰ ਤੁਸੀਂ ਉਹ ਔਰਤਾਂ ਨੂੰ ਜਿਹੜੀਆਂ ਲੋਕਾਂ ਦੇ ਘਰਾਂ 'ਚ ਅੱਗ ਲਾਉਂਦੀਆਂ, ਜਿਹੜੀਆਂ ਲੋਕਾਂ ਦੀਆਂ ਇੱਜ਼ਤਾਂ ਖਰਾਬ ਕਰਦੀਆਂ, ਅਤੇ ਅੱਲਾਹ ਕੋਲ ਡਰੋ, ਠੀਕ ਹੈ ਜੀ। ਅਤੇ ਇਹ ਸੀ ਜੀ ਮੇਰਾ ਅੱਜ ਦਾ ਵਲੌਗ, ਔਰ ਇਸ ਤੋਂ ਬਾਅਦ ਮੈਂ ਇਸ ਔਰਤ 'ਤੇ ਜਾਂ ਕਿਸੇ ਰੀਐਕਸ਼ਨ ਵਾਲੀ 'ਤੇ ਕੋਈ ਗੱਲ ਨਹੀਂ ਕਰਾਂਗੀ। ਇਹ ਬੇਸ਼ੱਕ ਜੋ ਮਰਜ਼ੀ ਕਰਦੀਆਂ ਫਿਰਨ, ਹਾਂ ਕੋਈ ਇਹੋ ਜਿਹੀ ਗੱਲ ਅਗਰ ਇਹਨਾਂ ਨੇ ਕੀਤੀ ਕਿ ਜਿਹੜੀ ਕਿਸੇ ਦੀ ਡਾਇਰੈਕਟ ਗੈਰਤ ਨੂੰ ਹਿੱਟ ਕਰੇ,
ਫਿਰ ਸ਼ਾਇਦ ਮੈਂ ਜ਼ਰੂਰ ਬੋਲਾਂ, ਕਿਉਂਕਿ ਇਹਨਾਂ ਨੇ ਜਿੰਨਾ ਸਤਾਇਆ ਹੈ ਨਾ, ਇਹਨਾਂ ਨੂੰ ਅੱਲਾਹ ਸਤਾਇਆ। ਔਰ ਇਹ ਵੀ ਮੈਂ ਦੱਸ ਦੇਵਾਂ ਕਿ ਰਿਐਕਸ਼ਨ ਆਇਰਲੈਂਡ ਵਾਲਾ ਜਿਹੜਾ ਵੀ ਨਾ, ਇਹਦੇ ਸਹੁਰਿਆਂ ਨੂੰ ਇਹਦੇ ਚੈਨਲ ਦਾ ਕੋਈ ਪਤਾ ਕੋਈ ਨਹੀਂ, ਇਹ ਤਾਂ ਦੇ ਸਾਹਮਣੇ ਨਹੀਂ ਆਉਂਦੀ। ਲਿਹਾਜ਼ਾ ਜੀ ਅਤੇ ਜੀਣ ਦੇ, ਜੇ ਤੂੰ ਚੰਗੇ ਮਾਂ ਪਿਓ ਦੀ ਔਲਾਦ ਹੈ ਨਾ, ਤਾਂ ਫਿਰ ਜੀ ਔਰ ਜੀਣ ਦੇ। ਅੱਜ ਮੈਂ ਤੈਨੂੰ ਨਬੀ ਪਾਕ ਦਾ ਵਾਸਤਾ ਦਿੱਤਾ ਹੈ ਕਿ ਤੂੰ ਸਾਰੇ ਪਰੂਫ ਤੇਰੇ ਕੋਲ 3 ਦਿਨ ਨੇ, ਇਹ ਲੈ ਕੇ ਆ। ਜੇ ਤੂੰ ਨਹੀਂ ਲੈ ਕੇ ਆਏਗੀ ਤਾਂ ਮੈਂ ਜਿੰਨੇ ਵੀ ਆਡੀਅੰਸ ਤੈਨੂੰ ਦੇਖਦੀ ਹੈ ਉਹਨਾਂ ਨੂੰ ਸਭ ਨੂੰ ਫਿਰ ਕਹਾਂਗੀ ਕਿ ਸਜ਼ਾ ਦੇ ਮੁਸਤਹਿਕ ਤੁਸੀਂ ਹੋ ਕਿ ਇਹ ਵੇ ਜਿਹੜੇ ਇਹਨੂੰ ਵੇਖਦੇ ਨੇ। ਤੇਰੀ ਅੱਗੇ ਇੱਕ ID ਬੰਦ ਹੋ ਗਈ, ਮੇਰਾ ਖਿਆਲ ਤੇਰੀ ਇੰਨਾ ਕਰਤੂਤਾਂ ਤੋਂ ਹੀ ਹੋਈ ਸੀ। ਆਪਕੀ ਆਵਾਜ਼ ਬੜੀ ਪਿਆਰੀ ਹੈ ਕਿ ਬਸ ਆਖਰ 'ਤੇ ਇਹੋ ਹੀ ਕਹਾਂਗੀ ਕਿ ਵਿਹਲੀਆਂ ਜਨਾਨੀਆਂ ਰਿਐਕਸ਼ਨ ਜੋਗੀਆਂ। ਉਹ ਮੇਰਾ ਬੇਟਾ, ਮੇਰਾ ਭਰਾ ਡਾਕਟਰ, ਤੂੰ ਬਾਹਰ ਜਾ ਕੇ ਕੀ ਇਲਾਜ ਕਰਨਾ, ਤੂੰ ਘਰ 'ਚ ਪੁੱਤਰ ਬਹਿ ਕੇ ਇਲਾਜ ਕਰ। ਇਹ ਇਲਾਜ ਅਗਰ ਤੂੰ ਕਰ ਗਿਆ ਨਾ, ਤਾਂ ਤੂੰ ਦੁਨੀਆ ਦਾ ਕਾਮਯਾਬ ਤਰੀਨ ਡਾਕਟਰ ਹੈਗਾ ਮੈਂ, ਠੀਕ ਹੈ। ਤੂੰ ਯਕੀਨ ਕਰ, ਫਿਰ ਮੈਂ ਚਾਹਾਂਗੀ ਕਿ ਮੇਰਾ ਇਲਾਜ ਵੀ ਤੂੰ ਕਰੇ। ਮੈਨੂੰ ਵੀ ਲੱਗਦਾ ਮੇਰੇ ਵੀ ਕੁਪੇ 'ਚ ਢਿੱਲੇ ਹੈਗੇ ਨੇ ਕੁਛ, ਕਿਉਂਕਿ ਮੈਂ ਫਿਰ ਜਦੋਂ ਬੋਲਣੀ ਹਾਂ ਨਾ, ਤਾਂ ਬੜਾ ਹੀ ਸੁਥਰਾ ਬੋਲਣੀ ਹਾਂ ਅਤੇ ਬੜਾ ਸੋਹਣਾ ਤੋਲਣੀ ਹਾਂ। ਪਹਿਲਾਂ ਘਰ ਤੋਂ ਇਲਾਜ ਸ਼ੁਰੂ ਕਰ ਪੁੱਤਰ, ਅਤੇ ਜੇ ਘਰ ਦਾ ਇਲਾਜ ਹੋ ਗਿਆ ਨਾ ਕਾਮਯਾਬ, ਕਿਉਂਕਿ ਇਹ ਇਲਾਜ ਜਿਹੜਾ ਨਾ, ਇਹ ਤੇਰੇ ਵਾਸਤੇ MBBS ਦੀ ਬਹੁਤ ਬੜੀ ਡਿਗਰੀ ਹੈ। ਕਿਉਂਕਿ ਨਾ ਤਾਂ ਮੈਂ ਕੋਈ ਡਾਕਟਰ ਨਹੀਂ ਦਾ ਵੇਖਿਆ, ਨਾ ਹੀ ਮੈਂ ਕਿਸੇ ਡਾਕਟਰ ਦੀ BB ਇਸ ਤਰ੍ਹਾਂ ਦੀ ਦੇਖੀ ਹੈ। ਅਤੇ ਜਿਹੜੀਆਂ ਅਕਾਲ ਕਿਰਸੀਆਂ ਲੱਗੀਆਂ ਨਾ ਦੂਜੀਆਂ ਵੀ ਰਿਐਕਸ਼ਨ ਵਾਲੀਆਂ, ਹੈਂ ਮਰੋ, ਉਹ ਤਾਂ ਸਾਫ਼ ਸਾਰੀ ਦੁਨੀਆ ਨੂੰ ਪਤਾ ਪਿਆ ਲੱਗਦਾ ਵੇ ਕਿ ਤੁਸੀਂ ਸਿਰਫ਼ ਰੈਵਨਿਊ ਵਾਸਤੇ, ਵਿਊਜ਼ ਵਾਸਤੇ, ਸਬਸਕ੍ਰਾਈਬਰਸ ਵਾਸਤੇ, ਪੈਸੇ ਵਾਸਤੇ ਤੁਸੀਂ ਲੋਕਾਂ ਦਾ ਜੀਣਾ ਜਿਹੜਾ ਹੈ ਨਾ ਉਹ ਹਰਾਮ ਕੀਤਾ ਹੋਇਆ। ਅਤੇ ਅੱਲਾਹ ਦੀ ਜ਼ਾਤ ਤੁਹਾਡੀ ਜ਼ਿੰਦਗੀ 'ਚ ਆਸਾਨੀਆਂ ਪੈਦਾ ਫਰਮਾਏ, ਅੱਲਾਹ ਤੁਹਾਨੂੰ ਬੜੇ ਦਿਲ ਵਾਲਾ ਕਰੇ, ਅੱਲਾਹ ਤੁਹਾਨੂੰ ਆਲਾ ਜ਼ਰਫ ਕਰੇ, ਅਤੇ ਤੁਸੀਂ ਤਾਂ ਕਿ ਅੱਲਾਹ ਦੀ ਮਖਲੂਕ ਨੂੰ ਜੀਓ ਅਤੇ ਜੀਣ ਦਿਓ, ਠੀਕ ਹੈ ਜੀ। ਇਹਦੇ ਨਾਲ ਹੀ ਮੈਂ ਤੁਹਾਡੇ ਸਭ ਕੋਲ ਚਾਹਾਂਗੀ ਇਜਾਜ਼ਤ, ਇਨਸ਼ਾਅੱਲਾ ਜੀ ਜ਼ਿੰਦਗੀ ਰਹੀ ਅਤੇ ਫਿਰ ਮਿਲਾਂਗੇ ਦਿਲ ਨਾ ਕਰਨਾ। ਥੋੜ੍ਹਾ ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਅਤੇ ਜੋ ਬਾਈਡਨ ਦੀਆਂ ਰਿਸ਼ਤੇਦਾਰਾਂ ਨੂੰ ਵੀ ਮੈਂ ਇਹੀ ਕਹਾਂਗੀ ਕਿ ਜ਼ਿੰਦਗੀ ਰਹੀ ਅਤੇ ਫਿਰ ਮਿਲਾਂਗੇ ਦਿਲ ਨਾ ਕਰਨਾ। ਥੋੜ੍ਹਾ ਮੈਂ ਜਦ ਤੱਕ ਦੁਨੀਆ 'ਤੇ ਹੈ ਵਾ ਨਾ, ਤੁਹਾਨੂੰ ਮੱਤਾਂ ਦਿੰਦੀ ਰਹਾਂਗੀ, ਸ਼ਾਇਦ ਇਹੋ ਹੀ ਅਗਲੇ ਜਾਨ ਮੇਰੇ ਵਾਸਤੇ ਆਸਾਨੀ ਪੈਦਾ ਹੋ ਜਾਵੇ।